ਸਾਡੀ ਗੱਲ ਨੂੰ ਸਮਝਣ ਦੀ ਕੋਸ਼ਿਸ਼। ਉਹ 3 ਸਾਲ ਬਾਅਦ ਅਸੀਂ ਦੁਬਈ ਨੂੰ ਆਏ ਤੇ ਇਹ ਸੁਣਨ ਵਾਸਤੇ ਆਏ ਕਰ। ਉਹ ਕਾਕਾ ਇਸ ਘਰ 'ਚ ਮੇਰੀ ਟਕੇ ਦੀ ਇੱਜ਼ਤ ਨਹੀਂ। ਹੋਇਆ ਕੀ ਏ? ਸਾਡੀ ਫੁੱਫੀ ਕਹਿੰਦੀ ਮੈਂ ਨਹੀਂ ਰੱਖਣਾ, ਵਿੱਚ ਨਹੀਂ ਰੱਖਣਾ, ਵਿੱਚ बच्चिया परे चले जा, परे चले जा सिंगम, इथे तक धूरा छड़न दे। पागल ने जिन्होंने इस मौसम वापस भतीजे चाचा जी। वैसे भी ना फुफा आदमी कसूर होना है। फुफा 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 जी भी कसूर। अस्सलाम वालेकुम बाजी। वाकई मेरी फुफी है शुएब अख्तर मेकअप कराया जे। सॉरी मोहम्मद इरफान नु। मैनू लगता कसूर। बिलकुल ठीक ने। फिर उन्होंने खानदान ने छड़िया। पहले मैं दसो भी मेरा फैसला कराना है या कुड़ियां खरीदना आए हो? चाचा जी मतलब क्यों कड़ी भैया कमा कमा के कर नहीं देखते कुड़ियां। मैं चेक कर रहा कि कुड़ी साडी दी कोई लत विंगी या कोई घूमन लगे चप ते नहीं खा रही। ओ कुछ भी नहीं ओरे आ हैं आला। एक मिनट चाचा जी, एक मिनट जरा घूम के दिखा। ए दे बैरिंग ते नवे ने मिस्त्री खुदा बख्श। किसे चवल दी सुनी दी भी हुंदी है। बोलो जी बोलो बोलो भाई जी तुहाडा कसूर हैगा। तुसी एडा खुला चीर कढ़या क्यों? मैं अरबियां दी खुराकां खा के आए ओला असीं भुल जाईए। तू तो परे हो। मैं समझा रहा सप इस तरीके करके खिलार गया है। चबल जब मैं भरे की सोच रहा था बुला ही दिता ही। तो पाइन तुसी गल दे विच ते ना आओ। तू भी उधर चल चबला जी जो ओदे नक तो अंदाजा ला लो। हेलो हां जी। हाय अल्लाह मेरे सहारा चाहिए। हैं मेरे सहारा चाहिए। मैं बड़ी दुखी हूं। हां चाचा जी दस मिनट इधर उधर तुसी जाओ जरा सी समझाने इनन के गल की है। आखिर 100 जगह ते हाथ लग जांदा। आखिर तू प्यो है कोई ऐसी गल नहीं। मेनू ना समझो। हां जी देखो हुण जिन्नी मेरी उम्र हो गई कुटावा भी ना। एदा की जांदा भी हल्का हल्का कुट दे उस मार दे बारे ते बड़ी हद सिर्फ
ਅੰਨੀ ਦੀ ਬੱਚੀ ਕਿੰਨਾ ਕੁ ਮਾਰ ਲਿਆ ਤੈਨੂੰ ਉਹਨੇ ਹਾਂ ਮੇਰਾ ਜਾਣਦਾ ਅਗਰ ਤੁਹਾਡੇ ਵਰਗੇ ਮਨਸਬ ਹੋਣ ਨਾ ਮੇਰੀਆਂ ਧੀਆਂ ਜ਼ਿੰਦਗੀ 'ਚ ਕਦੀ ਨਾ ਵਸਣ ਉਹ ਭਾਜੀ ਤੁਸੀਂ ਬੇ ਉਹ ਤੁਸੀਂ ਤਾਂ ਚਬਲੋਂ ਦਾ ਜੇਨ ਬਣਾਉਂਦੇ ਮੈਂ ਕਹਿੰਦਾ ਸਾਨੂੰ ਮੁੰਡਿਆਂ ਤੇ ਡਰੈਸ ਦਿਓ ਤੁਸੀਂ ਮੈਂ ਬਹੁਤ ਇਤਜਾਜ ਕਰਨੀ ਹੈ ਜੀ ਬਹੁਤ ਲੜਨੀ ਹੈ ਆਪਣੇ ਹਾਵਨ ਨਾਲ ਨਹੀਂ ਕਹਿੰਦਾ ਕੀ ਹੈ ਹੈ ਕਹਿੰਦਾ ਕੀ ਮੇਰੇ ਮੂੰਹ ਤੇ ਥੁੱਕਾ ਸੁੱਟਦਾ ਨਹੀਂ ਜੀ ਓਏ ਯਾਰ ਬੜੇ ਨਹੀਂ ਦੇਰੇ ਚ ਪਤਾ ਲੱਗਦਾ ਹੋਣਾ ਤੂੰ ਕੋਈ ਮਹੀਨਾ ਕੁ ਮੁੰਡੇ ਕੋਲ ਰੱਖਨੇ ਉਹਨਾਂ ਨੂੰ ਕਲਾਸਾਂ ਦੇ ਫੁੱਫਾ ਜੀ ਤੁਸੀਂ ਬੇਫਿਕਰ ਹੋ ਜਾਓ ਅਸੀਂ ਉੱਥੋਂ ਆਏ ਹੀ ਇਸੇ ਲਈ ਆ ਕਿ ਅਸੀਂ ਆਪਣੀਆਂ ਕਜ਼ਨਾਂ ਨੂੰ ਸੈਟਲ ਸਫਾਈ ਕਰ ਲਈਏ ਫੁੱਫਾ ਜੀ ਤੁਸੀਂ ਈਜ਼ੀ ਹੋ ਜਾਓ ਟੈਨਸ਼ਨ ਤੁਸੀਂ ਫੌਤ ਹੋ ਜਾਓ ਐ ਤੁਸੀਂ ਸੌਰੀ ਅੰਦਰ ਚਲੇ ਜਾਓ ਅੰਦਰ ਨਹੀਂ ਮੈਂ ਜਾਣਾ ਕੁੜੀਆਂ ਛੱਡ ਕੇ ਮੇਰੀ ਗੱਲ ਸੁਣੋ ਤੁਸੀਂ ਸਾਡੇ ਕੀ ਹੋਏ ਹੈ ਤੁਸੀਂ ਸਾਡੇ ਕਜ਼ਨ ਹੋ ਹਾਂ ਜੀ ਅੰਮੀ ਐ ਨਹੀਂ ਸੀ ਤੇ ਮੈਨੂੰ ਪੈਸਾ ਨੂੰ ਵਿਆਹਣ ਲਈ ਐਡੇ ਸੋਹਣੇ ਐਡੇ ਅਸੀਂ ਵੇਲੇ ਨਹੀਂ ਹੈਗੇ ਵੀ ਤੁਹਾਡੇ ਕੋਲ ਸਾਰੀ ਜ਼ਿੰਦਗੀ ਜੁੱਤੀਆਂ ਖਾਂਦੇ ਰਹੀਏ ਸਾਡੇ ਕੋਲ ਹੋਰ ਜਨਾਨੀਆਂ ਬੜੀਆਂ ਨੇ ਚਿੱਤਰ ਖਾਣ ਨੂੰ ਨਹੀਂ ਤੂੰ ਦੱਸ ਨੀ ਇਹਨੂੰ ਤਾਂ ਕੁਛ ਕਹਿ ਨਹੀਂ ਸਕਦਾ ਚੈਨਾ ਨਾਲ ਸਾਡੀ ਦੋਸਤੀ ਇਹੋ ਜਿਹੀ ਚੈਨਾ ਹੀ ਖਬਰਾਂ ਪੜੀ ਸੀ ਪਾਓ ਪਾ ਪੀ ਪਾ 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 ਦੇਖੇ ਨਾ ਮੇਰੇ ਸਾਥ ਕਿੰਨੀ ਜ਼ਿਆਦਤੀ ਹੁੰਦੀ ਹੈ ਮੈਂ ਆਪਕੋ ਕੀ ਬਤਾਉਂ ਇੰਦਾ ਕਲੋਜ਼ ਉਹਦੇ ਹੁੰਦੀ ਤੇ ਕਦੀ ਵੀ ਤੈਨੂੰ ਘਰ ਲੜ ਕੇ ਛੱਡ ਕੇ ਨਾ ਜਾਂਦਾ ਇੱਕ ਗੱਲ ਸੇਂਚ ਰੱਖਣਾ ਅੱਛਾ ਤਲਾਕ ਨਾ ਦਾ ਲਫ਼ਜ਼ ਇਸ ਘਰ ਚ ਨਾ ਆਵੇ ਉੱਥੇ ਤਾਂ ਪਤਾ ਨਹੀਂ ਇਹਨਾਂ ਨਾਲ ਜ਼ਿਆਦਤੀ ਹੁੰਦੀ ਕਿ ਨਹੀਂ ਤੁਹਾਡੇ ਹੱਥੋਂ ਹੋ ਜਾਣੀ ਆ ਚਾਚਾ ਤੇਰੇ ਕੋਲ ਲੰਮੀ ਜੀ ਨਹੀਂ ਸਾਂਭੀ ਗਈ ਉਹ ਮੈਂ ਤਿੰਨ ਕੁੜੀਆਂ ਜਿਹੜੀਆਂ ਇਹ ਓਐਲਐਕਸ ਤੋਂ ਲਈਆਂ ਇਹਦੇ ਚੋਂ ਜੰਮੀਆਂ ਮੈਂ ਤਲਾਕ ਹੀ ਲੈਣੀ ਹੈ ਮੈਂ ਤਲਾਕ ਹੀ ਲੈਣੀ ਹੈ ਮੈਂ ਤਲਾਕ ਲੈਣੀ ਹੈ ਖਬਰਦਾਰ ਕਿਉਂ ਤਲਾਕ ਦਾ ਲਫ਼ਜ਼ ਜਿਸ ਘਰ ਦੇ ਵਿੱਚ ਲਿਆ ਜਾਵੇ ਸਭ ਤੋਂ ਜ਼ਿਆਦਾ ਅਗਰ ਕੋਈ ਨਾਰਾਜ਼ ਹੁੰਦਾ ਤੇ ਅੱਲਾਹ ਪਾਕ ਨਾਰਾਜ਼ ਹੁੰਦੇ ਨੇ ਉਸ ਘਰ ਤੋਂ ਤੇ ਤਲਾਕ ਦਾ ਲਫ਼ਜ਼ ਸੁਣ ਕੇ ਅਗਰ ਤੇ ਤਲਾਕ ਦਾ ਲਫ਼ਜ਼ ਸੁਣ ਕੇ ਅਗਰ ਕੋਈ ਖੁਸ਼ ਹੁੰਦਾ ਤੇ ਉਹ ਸਿਰਫ ਸ਼ੈਤਾਨ ਖੁਸ਼ ਹੁੰਦਾ ਹੱਸਣਾ ਜ਼ਰਾ ਹੈਲੋ ਜਾਹਲ ਹੋ ਗਏ ਮੱਤ ਵਿੱਚ ਤੁਹਾਡੀ ਬਾਬਾ ਜੀ ਕੋਈ ਖਿਆਲ ਕਰਨਾ ਚਾਹੀਦਾ ਤੁਹਾਡੇ ਸਾਹਮਣੇ ਕੀ ਹੋ ਰਿਹਾ ਇਹ ਉਧਰ ਹੀ ਜਿਹਨੇ ਕੁੜੀਆਂ ਦਾ ਨਿਕਾਹ ਪੜਾਇਆ ਸੀ ਤੁਸੀਂ ਜਾਓ ਅੰਦਰ ਤੇ ਅਸੀਂ ਚੱਲ ਅੰਦਰ ਐਡਰੈਸ ਲੈ ਮੁੰਡਿਆਂ ਦੇ ਐਡਰੈਸ ਇਧਰ ਆ ਨਹੀਂ ਤੂੰ ਮੈਂ ਤੁਹਾਡੇ ਨਾਲ ਚੱਲ ਹਾਂ ਮੇਰੇ ਨਾਲ ਚੱਲ ਅੰਦਰ ਕੀ ਗੱਲ ਚੱਲ ਅੰਦਰ ਅੱਗੇ ਲੱਗ ਕੇ ਕੁੜੀਆਂ ਜੰਮ ਲੀਆਂ ਮਾਰਾ ਮੁੱਕੀ ਤੇਰੇ ਰੱਖ ਕੇ ਮੈਂ ਇੰਜ ਕਿਸੇ ਹਿੱਕ ਕੇ ਲਿਜਾ ਉਹਨੂੰ ਮਾਚਾ ਸਾਹਿਬ ਹਾਂ ਜੀ ਗੀਜ਼ਰ ਚਲਾ ਦੇ ਇੱਧਰ ਰਸਤੇ ਦਾ ਕਿਹੜਾ ਕਿਰਾਇਆ ਉਹ ਆਪਣਾ ਰਕਸ਼ੇ ਦਾ ਕਹਿ ਰਿਹਾ ਰਕਸ਼ੇ ਦੀ ਕਿੱਕ ਉਹ ਕਾਕਾ ਉਰਿਆ 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 ਸੋਰੀ ਸੋਰੀ ਸਰ ਇਧਰ ਆ ਕਾਕਾ ਇਧਰ ਆ ਕੀ ਹੋਇਆ ਨਾ ਭਾਈ ਜੀ ਫੁੱਲ ਟਵੀ ਨਾ ਲੈ ਦਾ ਲੱਛਾ ਦਾ ਲਾਇਆ ਦੇ ਕਿਹੜੀ ਸਪੀਡ ਕਿੰਨੇ ਪੈਸੇ ਨੇ ਤੇਰੇ ਮੈਂ 250 ਰੁਪਿਆ ਕਿਤੇ ਇਹਨੂੰ 150 ਰੁਪਿਆ 250 ਰੁਪਿਆ ਨਹੀਂ ਤਾਂ ਨਾਲ ਤੂੰ ਨਹੀਂ ਬਹਿ ਕੇ ਆਇਆ ਨਹੀਂ ਤੇ ਤੇਰਾ ਨਾ ਕੱਟੀਏ ਹੁਣ ਕਿਹੜੀ ਸਪੀਡ ਨਾਲ ਲੈ ਕੇ ਆ ਫੁੱਲ ਟਵੀ ਨਾ ਹੈ ਫੁੱਲ ਟਵੀ ਨਾ ਕਿਹੜੀ ਸਪੀਡ ਫੁੱਲ ਫੁੱਲ ਬਾਰ ਬਾਰ ਮੈਂ ਕਿਹਾ ਪਤਾ ਨਹੀਂ ਸਪੀਡ ਨਾ ਖੁਦਾ ਖੁਦਾ ਦਾ ਵਾਸਤੇ ਤੇਰਾ ਉਹ ਵਿਚਾਰਾ ਉਹ ਚੱਲ ਬਾਹਰ ਜਾ ਸੀ ਅਸੀਂ ਵਾਪਸ ਦੁਬਈ ਜਾ ਤੈਨੂੰ ਕਰਾਇਆ ਤੇ ਅਸੀਂ ਵਾਪਸ ਜਾਣਾ ਹੈਗਾ ਵਾਪਸ ਜਾਣਾ ਹਾਂ ਤੇਰੇ ਰਕਸ਼ੇ ਤੇ ਜਾਣਾ ਹੈ ਪੱਥਰ ਦੀ ਟੈਨਸ਼ਨ ਨਹੀਂ ਲੈਣੀ ਠੀਕ ਹੈ ਕੋਈ ਪੈਸਾ ਨਹੀਂ ਹੈਗਾ ਹਾਏ ਫਿਰ ਲਾਲ ਬਾਹ ਦੀ ਦੇ ਦੇ ਹਾਏ ਚੱਲ ਅਸੀਂ ਫਿਰ ਵਾਪਸ ਜਾਣਾ ਭਾਜੀ ਇਹ ਬੋਟ ਤੇ ਲੱਤਾਂ ਤਾਂ ਨਹੀਂ ਦਿੰਦੇ ਅੰਨੀ ਦੇ ਅਸੀਂ ਬੜਾਏ ਤਿਆਰੇ ਤੇ ਆਏ ਸੀ ਨਿਊ ਖਾਂ ਦੇ ਅੱਡੇ ਤੇ ਜਾਣਾ ਨਿਕਲ ਬਾਹਰ ਚੱਲ ਜੀ ਮੈਨੂੰ ਚੱਕਰ ਆ ਰਹੇ ਨੇ ਹਾਂਜੀ ਜਿਹੜੇ ਲੋਕਾਂ ਨੂੰ ਦਿੱਤੇ ਨੇ ਉਹ ਵਾਪਸ ਨਹੀਂ ਆਉਣੇ